ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਏਸ਼ੀਆ ਕੱਪ 232 ਦਾ ਮੈਚ ਸ਼੍ਰੀਲੰਕਾ ਚ ਖੇੜਿਆ ਜਾਏਗਾ ਡਰਬਨ ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਜ਼ਕਾ ਸ਼ਾਹ ਵਿਚਾਲੇ ਹੋਈ ਬੈਠਕ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ ਪਾਕਿਸਤਾਨ ਨੂੰ ਇਸ ਵਾਰ ਹਾਈਬ੍ਰਿਡ ਮਾਡਲ ਦੇ ਤਹਿਤ ਏਸ਼ੀਆ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਮਿਲਿਆ ਪਰ ਉਹ ਕਰੇਲੂ ਮੈਦਾਨ ਚ ਸਿਰਫ 4 ਮੈਚਾਂ ਦੀ ਹੀ ਮੇਜ਼ਬਾਨੀ ਕਰੇਗਾ ਜਦਕਿ ਬਾਕੀ ਟੂਰਨਾਮੈਂਟਸ ਸ਼੍ਰੀਲੰਕਾ ਚ ਖੇਡੇ ਜਾਣੇ ਨੇ ਭਾਰਤੀ ਟੀਮ ਆਪਣੇ ਸਾਰੇ ਅੱਜ ਸ਼੍ਰੀਲੰਕਾ 'ਚ ਹੋਣ ਵਾਲੀ ਏਸ਼ੀਆ ਕੱਪ ਲਈ ਹੀ ਖੇਡੇਗੀ ਉਨ੍ਹਾਂ ਕਿਹਾ ਹੈ ਕਿ ਏਸ਼ੀਆ ਕੱਪ 2023 ਦੇ ਵਿੱਚ ਲੀਗ ਪੜਾ ਦੇ 4 ਮੈਚ ਪਾਕਿਸਤਾਨ 'ਚ ਹੋਣਗੇ ਉਸ ਤੋਂ ਬਾਅਦ ਬਾਕੀ ਮੈਚ ਸ਼੍ਰੀਲੰਕਾ 'ਚ ਖੇਡੇ ਜਾਣੇ ਨੇ ਜਿਸ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਮੈਚ ਸ਼ਾਮਿਲ ਨੇ ਜੇਕਰ ਦੋਵਾਂ ਟੀਮਾਂ ਫਾਈਨਲ ਦੇ ਵਿੱਚ ਪਹੁੰਚ ਜਾਂਦੀਆਂ ਨੇ ਤਾਂ ਤੀਸਰਾ ਮੈਚ ਵੀ ਸ਼੍ਰੀਲੰਕਾ ਦੇ ਵਿੱਚ ਹੀ ਹੋਵੇਗਾ